ਸਮਝਣਾ ਕਿ ਸ਼ਹਿਰ ਪਿਸ਼ਾਵਰ ਦੀ ਅਗਰ ਕੋਈ ਮਾਣ ਹੋ ਸਕਦਾ ਹੋਵੇ ਸਵਾਜ ਦੇ ਨਾਲ ਸਿਆਸੀ ਅਹਬਾਬ ਦੇ ਘਰ ਤਾਂ ਉਹ ਸੈਦ ਅਮਰ ਕਮਰ ਅਬਾਸ ਹਨ। ਮੇਰੀ ਗੁਜ਼ਾਰਿਸ਼ ਹੈ ਜਨਾਬ ਸੈਦ ਕਮਰ ਅਬਾਸ ਸੀ ਕਿ ਉਹ ਸਟੇਜ ਉੱਤੇ ਤਸ਼ਰੀਫ ਲਿਆਉਣ ਅਤੇ ਅੱਜ ਦੀ ਇਸ ਤਕਰੀਬ ਦੇ ਹਵਾਲੇ ਦੇ ਨਾਲ ਖਸੂਸੀ ਆਪਣਾ ਖਿਤਾਬ ਜਿਹੜਾ ਹੋਵੇ ਉਹ ਪੇਸ਼ ਕਰੂੰ। ਜਨਾਬ ਸੈਦ ਕਮਰ ਅਬਾਸ ਸਾਹਿਬ, ਬਿਸਮਿਲ੍ਲਾ ਰਹਿਮਾਨ ਰਹੀਮ। ਮੈਂ ਮਸ਼ਕੂਰ ਹਾਂ ਗੰਧਾਰਾ ਹਿੰਦਕੋ ਅਦਬੀ ਬੋਰਡ ਦਾ। ਗੰਧਾਰਾ ਹਿੰਦਕੋ ਬੋਰਡ ਨੇ ਸਾਡੀ ਬਹੁਤ ਵੱਡੀ ਖੁਆਇਸ਼ ਪੂਰੀ ਕੀਤੀ ਹੈ ਔਰ ਇਹ ਸਾਨੂੰ ਫਖਰ ਹੈ ਕਿ ਅਸੀਂ ਇਸ ਬੋਰਡ ਦੇ ਇੱਕ ਅਦਨਾ ਕਾਰਕੁਨ ਹਾਂ। ਮੇਰੇ ਭਾਈ ਅਦੀਲ ਸਾਹਿਬ ਨੇ ਬੜੀ ਖੂਬਸੂਰਤ ਗੱਲ ਕੀਤੀ ਹੈ ਕਿ ਜ਼ਬਾਨਾਂ ਮੁਹੱਬਤ ਔਰ ਪਿਆਰ ਦੀ ਨਿਸ਼ਾਨੀ ਹੁੰਦੀਆਂ ਹਨ। ਜ਼ਬਾਨ ਮੌਸੀਕੀ ਇੱਕ ਐਸੀ ਖੁਸ਼ਬੂ ਹੈ ਕਿ ਜਿਹਨੂੰ ਰੋਕਾ ਨਹੀਂ ਜਾ ਸਕਦਾ। ਮੁਹੱਬਤ ਔਰ ਪਿਆਰ ਦਾ ਜ਼ਰੀਆ ਹੁੰਦੀਆਂ ਨੇ ਚੀਜ਼ਾਂ। ਅੱਜ ਹਿੰਦਕੋ ਦੇ ਹਵਾਲੇ ਨਾਲ ਜਿਹੜੀ ਆਲਮੀ ਕਾਨਫਰੰਸ ਹੋ ਰਹੀ ਹੈ, ਅਸੀਂ ਸਾਰੇ ਹਿੰਦਕੋ ਬੋਲਣ ਵਾਲੇ ਦੋਸਤ ਇੱਥੇ ਮੌਜੂਦ ਹਾਂ। ਸਾਨੂੰ ਫਖਰ ਹੈ ਕਿ ਅਸੀਂ ਜ਼ਬਾਨਾਂ ਦਾ ਇਹਤਰਾਮ ਕਰਨੇ ਹਾਂ ਔਰ ਇਹਤਰਾਮ ਕਰਨਾ ਚਾਹੀਦਾ ਹੈ। ਇੱਥੇ ਗੁਲਦਸਤੇ ਦੇ ਫੁੱਲ ਹਨ ਜਿਹੜੇ ਕਿ ਮੁਖਤਲਿਫ ਫੁੱਲ ਮਿਲ ਕੇ ਗੁਲਦਸਤਾ ਬਣਦੇ ਹਨ ਔਰ ਅਗਰ ਤੁਸੀਂ ਮੇਰੇ ਨਾਲ ਪਸ਼ਤੋ ਬੋਲੋ ਤਾਂ ਮੇਰੇ ਨਾਲ ਨਹੀਂ ਇਸ ਹਾਲ ਵਿੱਚ ਬੈਠਣ ਵਾਲਾ ਹਰ ਸ਼ਖਸ ਫਰ ਫਰ ਪਸ਼ਤੋ ਬੋਲ ਸੀ। ਲੇਕਿਨ ਜ਼ਰਾ ਜਿਹਾ ਦੁੱਖ ਹੁੰਦਾ ਕਿ ਅਗਰ ਪਸ਼ਤੋ ਬੋਲਣ ਵਾਲੇ ਭਰਾ ਵੀ ਇਸੀ ਤਰ੍ਹਾਂ ਹਿੰਦਕੋ ਬੋਲਣ ਤਾਂ ਸਾਨੂੰ ਜ਼ਿਆਦਾ ਖੁਸ਼ੀ ਹੋ ਸੀ। ਮੈਂ ਇੱਕ ਦੋ ਚਾਰ ਲਫਜ਼ ਲਿਖੇ ਹਨ, ਕੁਝ ਜਲਦੀ 'ਚ ਲਿਖੇ ਹਨ, ਲੇਕਿਨ ਮੇਰੀ ਖੁਆਇਸ਼ ਸੀ ਕਿ ਇਸ ਫੋਰਮ ਦੇ ਉੱਤੇ ਇਹਨੂੰ ਇੱਕ ਮੁਤਾਲਬਾ ਬਣਾ ਕੇ ਅਸੀਂ ਪੇਸ਼ ਕਰੀਏ। ਮੈਂ ਹਿੰਦਕੋ ਕਾਨਫਰੰਸ ਆਲਮੀ ਕਾਨਫਰੰਸ ਦੇ ਇਸ ਫੰਕਸ਼ਨ ਨੂੰ ਬਹਾਣੇ ਅਤੇ ਸਵਾਰਨੇ ਵਾਲੇ ਦੋਸਤਾਂ ਨੂੰ ਮੁਬਾਰਕਬਾਦ ਦੇਣਾ ਅਤੇ ਇਹਨਾਂ ਦੀ ਇਸ ਕੋਸ਼ਿਸ਼ ਦੇ ਵਿੱਚ ਸਿਲਸਿਲੇ 'ਚ ਮਦਦ ਕਰਨ ਵਾਲੇ ਸਾਰੇ ਲੋਕਾਂ ਨੂੰ ਇਸਦੀ ਕਾਮਯਾਬੀ ਦੀ ਖੁਸ਼ਖਬਰੀ ਦੇਣਾ। ਹਿੰਦਕੋ ਬੋਲਣ ਵਾਲੇ ਅਤੇ ਖਾਸ ਤੌਰ 'ਤੇ ਪਿਸ਼ੋਰ ਦੀ ਇਸ ਹਿੰਦਕੋ ਵਾਦੀ ਦੇ ਲੋਕਾਂ ਦੀ ਹਮੇਸ਼ਾ ਸੀ ਇਹ ਖੁਆਇਸ਼ ਆਈ ਕਿ ਇਹਨਾਂ ਨੂੰ ਮਿਲ ਕੇ ਬੈਠਣ ਦਾ ਮੌਕਾ ਅਤੇ ਸੋਚਣ ਦਾ ਵਕਤ ਮਿਲਣਾ ਚਾਹੀਦਾ। ਹਿੰਦਕੋ ਅਦਬੀ ਬੋਰਡ ਨੇ ਇਸ ਗੰਧਾਰਾ ਹਿੰਦਕੋ ਬੋਰਡ ਨੇ ਇਸ ਮਜਲਿਸ ਦਾ ਬੰਦੋਬਸਤ ਕਰਕੇ ਹਕੀਕਤ ਵਿੱਚ ਲੋਕਾਂ ਦੀ ਇਸ ਖੁਆਇਸ਼ ਨੂੰ ਪੂਰਾ ਕੀਤਾ ਹੈ। ਹਿੰਦਕੋ ਜ਼ਬਾਨ ਦੇ ਮੁਤਾਲਿਕ ਤਾਂ ਸਾਡੇ ਦਾਨਿਸ਼ਵਰ ਇਹਨਾਂ ਮਹਿਫਲਾਂ ਦੇ ਵਿੱਚ ਆਪਣਾ ਇਜ਼ਹਾਰ ਖਿਆਲ ਕਰ ਸਨ। ਮੈਂ ਇਸ ਮੌਕੇ 'ਤੇ ਹਿੰਦਕੋ ਬੋਲਣ ਵਾਲੇ ਲੋਕਾਂ ਦੀ ਇਸ ਵਾਦੀ ਪਿਸ਼ੋਰ ਦੇ ਮੁਤਾਲਿਕ ਕੁਝ ਕਹਿਣਾ ਚਾਹੁੰਦਾ। ਹਰ ਮੁਲਕ ਦੇ ਰਹਿਣ ਵਾਲੇ ਆਪਣੇ ਇਲਾਕੇ ਦੀ ਤਾਰੀਖ ਨਾਲ ਮੁਹੱਬਤ ਕਰਦੇ ਨੇ ਅਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਪਣੇ ਇਲਾਕੇ ਦੇ ਵਿੱਚ ਪੁਰਾਣੇ ਵਿਰਸੇ ਨੂੰ ਮਹਿਫੂਜ਼ ਰੱਖਣ। ਬਦਕਿਸਮਤੀ ਨਾਲ ਪਿਸ਼ੋਰ ਦੇ ਸਾਰੇ ਅਸਾਸੇ ਅੱਜ ਖਤਮ ਹੋ ਕੇ ਰਹਿ ਗਏ। ਮਸਲਨ ਲਾਹੌਰੀ ਦਰਵਾਜ਼ਾ, ਗੰਜ ਦਰਵਾਜ਼ਾ, ਕੁਆਟੀ ਦਰਵਾਜ਼ਾ, ਆਸੀਆ ਦਰਵਾਜ਼ਾ, ਅਸ਼ਨਗਰੀ ਦਰਵਾਜ਼ਾ, ਕਾਬਲੀ ਦਰਵਾਜ਼ਾ ਸਾਡੇ ਕਲਚਰ ਦਾ ਇੱਕ ਹਿੱਸਾ ਬਣ ਗਏ। ਅੱਜ ਇਹਨਾਂ 'ਚੋਂ ਇੱਕ ਦਰਵਾਜ਼ਾ ਵੀ ਨਜ਼ਰ ਨਹੀਂ ਆਉਂਦਾ। ਮੇਰੀ ਦਰਖਾਸਤ ਹੋ ਸੀ ਕਿ ਪੁਰਾਣੇ ਨਮੂਨੇ ਲੈ ਕੇ ਹਕੂਮਤ ਇਸ ਸ਼ਹਿਰ ਦੇ ਸਾਰੇ ਦਰਵਾਜ਼ੇ ਵੱਧ ਸੀ ਉਸੇ ਅੰਦਾਜ਼ ਵਿੱਚ ਰੈਪਲੀਕਾ ਕਰਕੇ ਬਣਾਵੇ ਔਰ ਇਸ ਸ਼ਹਿਰ ਦੀ ਖੂਬਸੂਰਤੀ 'ਚ ਇਜ਼ਾਫਾ ਵੀ ਕਰੇ ਔਰ ਸਾਡੇ ਤਰਜ਼ ਤਾਮੀਰ ਔਰ ਸਾਡੀ ਤਾਰੀਖ ਨੂੰ ਮਹਿਫੂਜ਼ ਵੀ ਕਰੇ। ਇਸੀ ਤਰ੍ਹਾਂ ਪੰਤੀਰਸ ਪਾਰਕ ਦੇ ਨਾਲ ਪੰਤੀਰਸ ਨੂੰ ਵੱਧ ਸੀ ਬਣਾ ਕੇ ਅਤੇ ਇਸ ਕਦੀਮ ਅਤੇ ਤਾਰੀਖੀ ਜਗ੍ਹਾ ਨੂੰ ਵੀ ਮਹਿਫੂਜ਼ ਕੀਤਾ ਜਾਵੇ। ਇਸ ਜਗ੍ਹਾ ਦੇ ਬਹਾਣੇ ਨਾਲ ਇੱਕ ਤਾਂ ਸਾਡਾ ਹੈਰੀਟੇਜ ਮਹਿਫੂਜ਼ ਹੋ ਜਾਸੀ ਅਤੇ ਦੂਸਰਾ ਪੂਰੀ ਦੁਨੀਆ ਦੇ ਸਿਆਹ ਇਸ ਜਗ੍ਹਾ ਵਾਸਤੇ ਪਿਸ਼ੋਰ ਦਾ ਰੁੱਖ ਵੀ ਕਰ ਸਕਣ। ਇਸੀ ਤਰ੍ਹਾਂ ਸ਼ਾਹਜੀ ਦੀ ਢੇਰੀ ਇੱਕ ਅਜਿਹਾ ਪਿਸ਼ੋਰ ਦਾ ਅਸਾਸਾ ਹੈ ਕਿ ਇਸ ਨੂੰ ਪੁਰਾਣੇ ਫਨੇ ਤਾਮੀਰ ਦੇ ਅੰਦਾਜ਼ ਵਿੱਚ ਬਣਾ ਕੇ ਇਹਦੇ ਵਿੱਚ ਅਗਰ ਬੁੱਧਾ ਦੀ ਰਾਖ ਦੀ ਡੱਬੀ ਰੈਪਲੀਕਾ ਰੱਖ ਦਿੱਤਾ ਜਾਵੇ ਤਾਂ ਉਸਦੇ ਨਾਲ ਇਸ ਇਲਾਕੇ ਦੀ ਖੂਬਸੂਰਤੀ 'ਚ ਵੀ ਇਜ਼ਾਫਾ ਹੋ ਸੀ ਔਰ ਸਿਆਹ ਵੀ ਇਸ ਤਰਫ ਰੁੱਖ ਕਰ ਸਕਣ। ਮੇਰੀ ਇਹ ਤਜਵੀਜ਼ ਵੀ ਹੈ ਕਿ ਬੀਜੋ ਦੀ ਕਬਰ ਕੋਟਲਾ ਮੌਸਨ ਖਾਨ ਦੇ ਅਸਾਸੇ ਵੀ ਮਹਿਫੂਜ਼ ਕੀਤੇ ਜਾਣ, ਨਾਲ ਨਾਲ ਪਿਸ਼ੋਰ ਦੇ ਪੁਰਾਣੇ ਕਾਰ ਵੀ ਠੀਕ ਕਰਕੇ
ਉਹਨਾਂ ਨੂੰ ਪੁਰਾਣਾ ਅਸਾਸਾ ਡਿਕਲੇਅਰ ਕੀਤਾ ਜਾਵੇ ਜਿਸ ਤਰ੍ਹਾਂ ਕਾਬਲੀ ਦੇ ਵਿੱਚ ਇਸਲਾਮੀਆ ਕਾਲਜ ਦੇ ਪੁਰਾਣੇ ਬਾਲਾਖਾਨੇ ਤੇ ਵੱਡੇ ਬਾਜ਼ਾਰ ਹੀ ਪੁਰਾਣੇ ਘਰ ਜਾਂ ਸੇਠੀਆਂ ਦੇ ਪੁਰਾਣੀਆਂ ਹਵੇਲੀਆਂ ਜਾਂ ਸਿੱਖਾਂ ਦੇ ਪੁਰਾਣੇ ਮੰਦਰ ਜਾਂ ਕਰਿਮਪੁਰਾ ਦੇ ਬਾਸ ਕਦੀਬੀ ਤਰਜ਼ ਤਾਮੀਰ ਨਮੂਨੇ ਇਸ ਵਕਤ ਵੀ ਮਹਫੂਜ਼ ਹਨ ਜਿਨ੍ਹਾਂ ਨੂੰ ਮਹਫੂਜ਼ ਕਰ ਦਿੱਤਾ ਜਾਵੇ ਤਾਂ ਜ਼ਿਆਦਾ ਬਿਹਤਰ ਹੋ ਸਕੇ ਕੌਮਾਂ ਨੂੰ ਫਖਰ ਹੁੰਦਾ ਹੈ ਕਿ ਉਹਨਾਂ ਦੇ ਕਦੀਮ ਤਰਜ਼ ਤਾਮੀਰ ਇਸ ਤਰ੍ਹਾਂ ਬਣਨ ਕਿ ਲੋਕਾਂ ਨੂੰ ਨਜ਼ਰ ਆਉਣ ਜਿਸ ਤਰ੍ਹਾਂ ਉਹ ਅੱਜ ਸੀ ਸਦੀਆਂ ਪਹਿਲੇ ਆਉਂਦੇ ਹੈ ਬਦਕਿਸਮਤੀ ਨਾਲ ਕਮਰਸ਼ਲਿਜ਼ਮ ਦੇ ਰਿਵਾਜ ਪਾਉਣੇ ਨਾਲ ਅਤੇ ਇਸ ਸਾਡੇ ਸ਼ਹਿਰ ਦੀ ਖੂਬਸੂਰਤੀ ਇਹ ਸਾਡੇ ਸ਼ਹਿਰ ਦੀ ਖੂਬਸੂਰਤੀ ਖਤਮ ਹੋ ਕੇ ਰਹਿ ਗਈ ਹੈ ਇਸ ਮੁਲਕ ਦੀ ਇਹ ਬਦਕਿਸਮਤੀ ਹੈ ਕਿ ਕੋਈ ਹਕੂਮਤ ਵੀ ਆਪਣੀ ਪੁਰਾਣੀ ਅਜ਼ਮਤ ਦਾ ਖਿਆਲ ਨਹੀਂ ਰੱਖ ਸਕੀ ਅੱਜ ਅਗਰ ਪਿਸ਼ੌਰ ਨੂੰ ਪੁਰਾਣਾ ਪਿਸ਼ੌਰ ਬਣਾ ਦਿੱਤਾ ਜਾਵੇ ਤਾਂ ਨਾ ਖਾਲੀ ਇੱਥੋਂ ਦੀ ਕਦੀਮ ਸਕਾਫਤ ਮਹਫੂਜ਼ ਹੋ ਜਾਸੀ ਬਲਕਿ ਇਸ ਆਉਣ ਵਾਲੇ ਲੋਕਾਂ ਨੂੰ ਵੀ ਇਸ ਸ਼ਹਿਰ ਦੀ ਦਿਲਚਸਪੀ ਮਹਿਸੂਸ ਹੋ ਸੀ ਅਤੇ ਹਕੂਮਤ ਦਾ ਵੀ ਫਰਜ਼ ਹੈ ਇਹ ਹਕੂਮਤ ਦਾ ਵੀ ਫਰਜ਼ ਹੈ ਔਰ ਸਾਡਾ ਵੀ ਫਰਜ਼ ਹੈ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ